ਮੰਮਾ ਆ ਕਿੱਥੇ ਰੱਖਾਂ ਮੇਰੇ ਸਿਰ ਤੇ ਰੱਖ ਦੇ ਸ਼ਾਬਾਸ਼ ਪੁੱਤ ਸ਼ਾਬਾਸ਼ ਆ ਗਿਆ ਲੱਤ ਤੁੜਾ ਕੇ ਪੁੱਤ ਮੈਂ ਤਾਂ ਹੀ ਤੈਨੂੰ ਜਨਮ ਦਿੱਤਾ ਸੀਗਾ ਕਿ ਤੂੰ ਵੱਡਾ ਹੋ ਕੇ ਆਪਣੀਆਂ ਲੱਤਾਂ ਤੁੜਾਵੇਂ ਵਾਹ ਤੇਰੀ ਦੂਜੀ ਲੱਤ ਤਾਂ ਠੀਕ ਆ ਇਹ ਕਿਉਂ ਕੋਈ ਨਾ ਹੈਗਾ ਮੇਰੇ ਕੋਲ ਇਲਾਜ ਆ ਲੈ ਪੁੱਤ ਦੂਜੀ ਲੱਤ ਵੀ ਤੋੜ ਦੇ ਕੀ ਕਰਨੀ ਲੱਤਾਂ ਓਦਾਂ ਵੀ ਤੂੰ ਪਿਆ ਰਹਿੰਦਾ ਆ ਲੈ ਤੋੜ ਲਾ ਉਹ ਲੱਤਾਂ ਹੀ ਆ ਕੋਈ ਨਾ ਆਪ ਹੀ ਜੰਮ ਜਾਣੀਆਂ ਹੋਰ ਹਲ ਬਹੁਤ ਵਧੀਆ ਪੁੱਤ ਬਹੁਤ ਵਧੀਆ ਭੰਨ ਦੇ ਹੋਰ ਭੰਨ ਦੇ ਫ੍ਰੀ ਚ ਹੀ ਆਉਂਦੇ ਆ ਬਹੁਤ ਭੰਡੇ ਸਾਡੇ ਕੋਲ ਫਾਲਤੂ ਕੀ ਕਰਨੇ ਗਲਤੀ ਨਾਲ ਡਿੱਗ ਗਿਆ ਸੀ ਓਪਸ ਚਲੋ ਕੋਈ ਨਾ ਹੋਰ ਲੈ ਲੂਗੇ ਮਾਮ ਸਟਾਪ ਆ ਵੀ ਗਿਆ ਓ ਚਲੋ ਕੋਈ ਨਾ ਬਹੁਤ ਅਮੀਰ ਸੀ ਮੈਂ ਤਾਂ ਪੈਸਿਆਂ ਵਿੱਚ ਨਾਣੀ ਆ ਗਲਾਸ ਤਾਂ ਮੈਂ ਸਾਰੇ ਭੰਨ ਤੇ ਉਦੋਂ ਮੈਂ ਤੈਨੂੰ ਪਲੇਟਾਂ ਦੇਵਾਂ ਤੂੰ ਉਹ ਭੰਨ ਦੇ ਡੈਡੀ ਮੈਨੂੰ $50 ਦਓਗੇ ਮੈਂ ਗੇਮ ਲੈਣੀ ਸੀ ਬਸ $50 ਇੰਨੇ ਥੋੜੇ ਹਾਂਜੀ ਪੁੱਤ $50 ਛੱਡ ਆ ਲੈ $100 ਸੱਚੀ ਆ ਲੈ ਮੇਰਾ ਸਾਰਾ ਬਟੂਆ ਲੈ ਜਾ ਆ ਲੈ ਜ਼ਮੀਨ ਦੇ ਕਾਗਜ਼ ਜ਼ਮੀਨ ਵੇਚ ਕੇ ਆਪਣੀ ਗੇਮ ਲੈ ਲਈ ਤੇ ਨਾਲੇ ਮੇਰੇ ਕਮਰੇ 'ਚ ਗਨ ਹੋਣੀ ਆ ਉਹ ਲੈ ਕੇ ਆਪਣੇ ਤਾਏ ਤੇ ਚਾਚੇ ਦੇ ਸਿਰ 'ਚ ਗੋਲੀ ਮਾਰ ਦੀ ਫਿਰ ਉਹਨਾਂ ਦੀ ਜ਼ਮੀਨ ਵੇਚ ਕੇ ਆਪਣੀ ਗੇਮ ਲੈ ਲਈ ਤੂੰ ਗੇਮ ਛੱਡ ਤੂੰ ਸਾਰਾ ਸਟੋਰੀ ਲੈ ਲਈ ਹੈਲੋ ਲਕਸ਼ਮਣ ਮੈਂ ਘਰ ਨੂੰ ਸੇਲ ਤੇ ਲਾਉਣਾ ਸੀ ਮੁੰਡੇ ਨੇ ਗੇਮ ਲੈਣੀ ਸੀ ਪੈਸੇ ਚਾਹੀਦੇ ਸੀ ਉਹ ਘਰ ਕੀ ਕਰਨਾ ਅਸੀਂ ਸੜਕ 'ਚ ਸਾਲੂਗੇ ਘੱਟ ਤੋਂ ਘੱਟ ਮੁੰਡੇ ਨੂੰ ਗੇਮ ਤਾਂ ਮਿਲ ਜੂਗੀ ਪੁੱਤ ਆਪਣੇ ਕੱਪੜੇ ਵੀ ਵੇਚ ਦੀਏ ਹਰਬੰਸ ਕਰੇ ਆਪਣੀ ਸਲਵਾਰ ਲਾ ਦੇ ਮੁੰਡੇ ਨੂੰ ਮੁੰਡੇ ਨੇ ਗੇਮ ਲੈਣੀ ਆ ਆ ਲਾ ਪੁੱਤ ਰਹਿਣ ਦੋ ਡੈਡੀ ਮੈਂ ਨਹੀਂ ਲੈਣੀ ਗੇਮ ਮੰਮੀ ਮੈਨੂੰ ਭੁੱਖ ਲੱਗੀ ਆ ਮੈਨੂੰ ਖਾ ਲਾ ਫਿਰ ਮੈਨੂੰ ਵੱਢ ਕੇ ਮੇਰੇ ਟੋਟੇ ਕਰ ਕਰਕੇ ਤਵੇ ਤੇ ਰਿੰਨ ਕੇ ਤੂੰ ਮੈਨੂੰ ਖਾ ਲਾ ਤੂੰ ਐਦਾਂ ਕਰ ਇਹਨਾਂ ਨੂੰ ਵੱਢ ਕੇ ਖਾ ਲਾ ਇਹਨਾਂ 'ਚ ਬਹੁਤ ਮੀਟ ਆ ਦੁੱਧ ਵੀ ਬਹੁਤ ਆ ਤੈਨੂੰ ਖਾਣ ਨੂੰ ਤੇ ਪੀਣ ਨੂੰ ਦੋਨੋਂ ਚੀਜ਼ਾਂ ਮਿਲ ਜਾਣੀਆਂ ਇਹਨਾਂ ਨੂੰ ਵੱਢ ਕੇ 2-in-1 ਕਾਂਬੋ ਤੁਸੀਂ ਉੱਥੇ ਜਵਾਬ ਦੇ ਜਾਇਓ ਕੋਈ ਸਿੱਧਾ ਨਾ ਦਿਓ ਕਦੀ ਫਰਿੱਜ ਉੱਥੇ ਖੜੀ ਆ ਦੇਖਣ ਵਾਸਤੇ ਖੜੀ ਕੀਤੀ ਆ ਕੁਛ ਕੱਢ ਕੇ ਦੱਫ ਲਾ ਸਾਲਾ ਬਾਂਦਰ ਮੰਮੀ ਮੈਨੂੰ ਮੇਰੀ ਸ਼ਰਟ ਨਹੀਂ ਲੱਭਦੀ ਪੁੱਤ ਤੂੰ ਉਹਨੂੰ ਫੋਨ ਕਰਕੇ ਪੁੱਛ ਲਾ ਕਿੱਥੇ ਆ